ਪਾਠ ਪਾਈ ਜਾਂਦੀ ਹੈ ਦੂਰ ਕਰਕੇ ਇੱਕ ਮੌਸਮ ਖਰਾਬ ਕਰਕੇ ਉਸ ਗੱਲ ਦੀ ਮਾਫੀ ਚਾਹੁੰਦੇ ਹਾਂ ਲੰਮਾ ਸਮਾਂ ਤੁਸੀਂ ਅੜੀਕ ਕੀਤੀ ਹੈ ਗੱਲ ਮੁੱਦੇ ਤੇ ਆਉਂਦੇ ਹਾਂ ਕਿ ਮੁੱਦਾ ਜਿਹੜਾ ਜੋ ਜਿਮਣੀ ਚੋਣਾਂ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਉਮੀਦਵਾਰ ਖੜੇ ਨੇ ਜੋ ਪਹਿਲਾਂ ਤੁਹਾਡੇ ਹਲਕੇ ਦੇ ਨੁਮਾਇੰਦੇ ਰਹੇ ਨੇ ਤੁਹਾਡੇ ਹਲਕੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਰਹੇ ਨੇ ਲਗਾਤਾਰ ਉਹਨਾਂ ਨੇ ਸਾਡੇ ਹੱਕਾਂ ਦੀ ਗੱਲ ਸਾਡੇ ਤੇ ਹੁੰਦੇ ਧੱਕੇ ਦੀ ਗੱਲ ਪੰਜਾਬ ਪੰਜਾਬੀਅਤ ਨਾਲ ਕੌਮ ਨਾਲ ਹੁੰਦੇ ਧੱਕੇ ਦੀ ਗੱਲ ਬੜੀ ਬੇਵਾਕੀ ਦੇ ਨਾਲ ਬੜੀ ਦਲੇਰੀ ਦੇ ਨਾਲ ਜਿਹੜੀ ਲੋਕ ਸਭਾ ਦੇ ਬਿਠਾਈ ਹੈ ਹੁਣ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਅਸੀਂ ਵੋਟ ਹੈ ਜਿਹੜੀ ਜਦੋਂ ਕਿਸੇ ਬੰਦੇ ਨੂੰ ਪਾਉਣੀ ਹੈ ਇੱਕ ਜ਼ਮਾਨਾ ਹੁੰਦਾ ਸੀ ਕਿ ਜੇ ਘਰ ਦੇ ਕਿਸੇ ਮੁਖੀ ਨੇ ਕਹਿਤਾ ਕਿ ਵੋਟ ਪੰਜੇ ਨੂੰ ਪਾਲਦੇ ਸੀ ਪੰਜੇ ਨੂੰ ਪਾਲਦੇ ਸੀ ਵੋਟ ਲੱਕੜੀ ਨੂੰ ਪਾਲਦੇ ਲੱਕੜੀ ਨੂੰ ਪਾਲਦੇ ਸੀ ਪਰ ਅੱਜ ਕੱਲ੍ਹ ਮੈਨੂੰ ਲੱਗਦਾ ਕਿ ਹਰ ਬੰਦਾ ਸਿਆਣਾ ਹੋ ਗਿਆ ਸੋਚ ਕੇ ਸਮਝ ਕੇ ਵੋਟ ਪਾਉਂਦਾ ਹੈ ਕਿ ਜਿਹਨੂੰ ਮੈਂ ਆਪਣਾ ਐਮ ਐਲ ਏ ਆਪਣਾ ਐਮ ਪੀ ਆਪਣਾ ਸਰਪੰਚ ਚੁਣ ਰਿਹਾ ਉਹ ਬੰਦਾ ਮੇਰੇ ਵੋਟ ਦੇ ਹੱਕਦਾਰ ਹੈਗਾ ਉਹ ਬੰਦਾ ਕਾਬਲ ਹੈਗਾ ਯੋਗ ਹੈਗਾ ਕਿ ਮੇਰੀ ਨੁਮਾਇੰਦਗੀ ਸਾਡੀ ਹਲਕੇ ਦੀ ਨੁਮਾਇੰਦਗੀ ਕਰ ਸਕੇ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਸਾਡੇ ਹੱਕਾਂ ਦੀ ਗੱਲ ਹੈ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਦੀ ਗੱਲ ਕਰ ਸਕੇ ਇਸ ਕਰਕੇ ਆਪਾਂ ਹੁਣ ਫੈਸਲਾ ਪੂਰਾ ਤੁਸੀਂ ਕਰ ਲੈਣ ਇਹ ਸਾਜਲੀ ਪਿੰਡ ਆ ਸਾਜਲੀ ਸ਼ਾਇਦ ਉਹ ਪਿੰਡ ਆ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਮੈਂ ਲੱਖ ਰੁਪਇਆ ਮੇਰੇ ਸਿਰ ਤੇ ਨਾਲ ਸੀ ਤੇ ਦਿੱਲੀ ਪੁਲਿਸ ਵੱਲੋਂ ਪਰਚੇ ਸੀ ਤੇ ਦਿੱਲੀ ਪੁਲਿਸ ਭਾਲਦੀ ਸੀ ਮੈਨੂੰ ਸ਼ਾਇਦ ਤੁਹਾਡੇ ਪਿੰਡ ਹੀ ਘੇਰਾ ਪਿਆ ਤਾਂ ਮੈਂ ਧੰਨਵਾਦ ਕਰਦਾ ਇਸ ਲੱਕੜ ਦਾ ਕਿ ਉਦੋਂ ਇੱਥੋਂ ਮਾਈਆਂ ਨੇ ਭੈਣਾਂ ਨੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਇਕੱਠੇ ਹੋ ਕੇ ਥਾਣਾ ਘੇਰਿਆ ਸੀ ਉਹੀ ਪਿੰਡ ਆ ਤੇ ਉਸੇ ਥਾਣੇ ਉਹਨੇ ਮੈਂ ਆ ਵੀ ਗਿਆ ਸੀ ਕਿ ਤੁਹਾਡੀ ਬਲੌਤ ਸੀ ਤੁਹਾਡਾ ਪਿਆਰ ਸੀ ਸਤਿਕਾਰ ਸੀ ਤੁਹਾਡਾ ਸਾਥ ਸੀ ਕਿ ਤੁਸੀਂ ਮੇਰਾ ਸਾਥ ਦਿੱਤਾ ਮੇਰੇ ਨਾਲ ਖੜੇ ਚਾਹੇ ਦਿੱਲੀ ਪੁਲਿਸ ਹੋਵੇ ਚਾਹੇ ਪੰਜਾਬ ਪੁਲਿਸ ਹੋਵੇ ਜੁੱਟ ਨਹੀਂ ਪਈ ਸੀ ਸਾਹਮਣੇ ਆਪਣੇ ਪੁਲਿਸ ਵੀ ਖੜੀ ਦੇਖ ਨਹੀਂ ਰਹੀ ਤੇ ਤੁਹਾਡੇ ਨਗਰ ਦਾ ਕੋਈ ਬਜ਼ੁਰਗ ਸੀਗਾ ਸ਼ਾਇਦ ਉਸੇ ਨੇ ਕਿਹਾ ਸੀ ਕਿ ਆਹ ਆ ਗਿਆ ਲੱਖਾਂ ਹੁਣ ਫੜ ਕੇ ਲੁਕਾਓ ਸੋ ਮੈਂ ਤੁਹਾਡਾ ਰਿਣੀ ਆ ਧੰਨਵਾਦ ਆ ਕਰਦਾ ਇਸ ਗੱਲ ਦਾ ਤੇ ਦੁਬਾਰਾ ਤੁਹਾਡੇ ਕੋਲ ਆਏ ਆ ਨਾ ਤਾਂ ਸਾਡੀ ਮਾਂ ਦੇ ਨਾਲ ਕੋਈ ਰਿਸ਼ਤੇਦਾਰੀ ਹੈ ਨਾ ਕੋਈ ਨਿੱਜੀ ਸਾਂਝ ਹੈ ਵਿਚਾਰਾਂ ਕਰਕੇ ਆਏ ਆ ਸੋਚ ਕਰਕੇ ਆਏ ਆ ਕਿ ਪਿਛਲੇ 30-35 ਸਾਲ ਤੋਂ ਲਗਾਤਾਰ ਆਪਣੇ ਸਿਧਾਂਤਾਂ ਆਪਣੇ ਅਸੂਲਾਂ ਦੇ ਪਹਿਰਾ ਦੇ ਨਾਲ ਨੁਕਸਾਨ ਹੈ ਬੜਾ ਪ੍ਰਾਪੇ ਗੰਡਾ ਹੁੰਦਾ ਮਾਂ ਦੇ ਖਿਲਾਫ ਹੁਣ ਸਾਰਿਆਂ ਨੂੰ ਡਰ ਮਾਣ ਤੋਂ ਹੈ ਇਸੇ ਕਰਕੇ ਜਿੰਨੀਆਂ ਪਾਰਟੀਆਂ ਨੇ ਚਾਹੇ ਉਹ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਬੀਜੇਪੀ ਵਾਲੇ ਹੋਣ ਚਾਹੇ ਝਾੜੂ ਵਾਲੇ ਹੋਣ ਸਾਰੇ ਹੁਣ ਮਾਨ ਦੇ ਖਿਲਾਫ ਲੱਗੇ ਹੋਏ ਹੈ ਇੱਥੋਂ ਪਤਾ ਲੱਗ ਜਾਣਾ ਚਾਹੀਦਾ ਸਾਨੂੰ ਕਿ ਜਦੋਂ ਦੁਸ਼ਮਣ ਜਦੋਂ ਵਿਰੋਧੀ ਸਾਡੀ ਗੱਲ ਕਰਨ ਲੱਗ ਜਾਣ ਜਦੋਂ ਸਾਡੇ ਖਿਲਾਫ ਪ੍ਰਾਪੇ ਗੰਡਾ ਸ਼ੁਰੂ ਹੋ ਜੇ ਜਦੋਂ ਸਾਨੂੰ ਭੰਡਣ ਲੱਗਣ ਲੱਗ ਜਾਣ ਤਾਂ ਸਾਡੀ ਕੋਈ ਗੱਲਬਾਤ ਹੈ ਇਹਦਾ ਮਤਲਬ ਉਹਨਾਂ ਨੂੰ ਪਤਾ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਗੱਲਬਾਤ ਜਿਹੜੀ ਲਹਿਰ ਪਿਛਲੇ ਸਮੇਂ ਦੌਰਾਨ ਜਦੋਂ ਦੋ ਵਾਰੀ ਉਹ ਲੋਕ ਸਭਾ ਮੈਂਬਰ ਰਹੇ ਨੇ ਉਸ ਸਮੇਂ ਦੌਰਾਨ ਸੀ ਅੱਜ ਫਿਰ ਉਹੀ ਲਹਿਰ ਪਿੰਡਾਂ ਦੇ ਵਿੱਚ ਖਾਸ ਕਰਕੇ ਨੌਜਵਾਨੀ ਦੇ ਅੰਦਰ ਉਹ ਲਹਿਰ ਦੁਬਾਰਾ ਹੈ ਜਿਸ ਕਰਕੇ ਡਰਦੇ ਵੀ ਨੇ ਤਰ੍ਹਾਂ ਤਰ੍ਹਾਂ ਦੇ ਪ੍ਰਾਪੇ ਗੰਡੇ ਆ ਟੀਵੀ ਚੈਨਲ ਵਾਲੇ ਮੈਂ ਦੇਖਦਾ ਹੁੰਦਾ ਇਹ ਸਾਰਾ ਬਹੁਤੇ ਜਿਹੜੇ ਚੈਨਲ ਵਾਲੇ ਵਿਕਾਊ ਹੋ ਚੁੱਕੇ ਆ ਉਹ ਲੈ ਕੇ ਭੋਗਣਾ ਦਾ ਹਰੇਕ ਚੈਨਲ ਬਣਿਆ ਬੈਠਾ ਪੱਤਰਕਾਰ ਉਹ ਲੋਕਾਂ ਦੇ ਮੂਹਰੇ ਆਪਣੇ ਬੰਦੇ ਬਿਠਾ ਲੈਂਦੇ 10-20 ਉਹਨਾਂ ਦੇ ਮੂਹਰੇ ਆ ਕੇ ਪ੍ਰਚਾਰ ਕਰਾਉਂਦੇ ਹੈ ਉਹ ਮਾਨ ਦੇ ਖਿਲਾਫ ਹੀ ਪ੍ਰਚਾਰ ਨਾਲ ਸੁਣ ਰਹੇ ਹਾਂ ਆ ਜਿੰਨੇ 2-4 ਫਕਾਊ ਚੈਨਲ ਆ ਨਾ ਉਹ ਜਿੰਨਾ ਪ੍ਰਚਾਰ ਹੋ ਰਿਹਾ ਆਪਣੇ ਬੰਦੇ ਝਾੜੂ ਵਾਲੇ ਬਿਠਾਉਂਦੇ ਆ ਉਹ ਪ੍ਰਚਾਰ ਕਰਦੇ ਮਾਨ ਤਾਂ ਜੀ ਤੂਫਾਨ ਦਾ ਬੰਗਾੜਾ ਆ ਕੇ ਬਹਿ ਗਿਆ ਜੀ ਮਾਨ ਨੇ ਪਹਿਲਾਂ ਹੀ ਕਰਤਾ ਜੀ ਮਾਨ ਏਜੰਸੀਆਂ ਦਾ ਬੰਦਾ ਜੀ ਸਭ ਤੋਂ ਸੌਖੀ ਗੱਲ ਹੁੰਦੀ ਹੈ ਕਿ ਜਦੋਂ ਕਿਸੇ ਬੰਦੇ ਦੇ ਖਿਲਾਫ ਕੋਈ ਆਪਣੇ ਕੋਲ ਸਬੂਤ ਨਾ ਹੋਵੇ ਕੋਈ ਤੱਥ ਨਾ ਹੋਣ ਤਾਂ ਬਹੁਤ ਸੌਖਾ ਨੂੰ ਕਹਿ ਏਜੰਸੀਆਂ ਦਾ ਬੰਦਾ ਉੱਥੇ ਕਿਹੜਾ ਕੋਈ ਸਾਫ਼ ਹੋਣੀ ਹੈ ਗੱਲ
मुझे एजेंसियां दा पता हुंदा तां मुख्यमंत्री बना बैठा हुंदा। बादल पांच बारी बन गया जे स्टेट दे ढहे करिया स्टेट दे पिछलक बणिया स्टेट दे दीआं नीतियां दे चलिया तां पांच बारी बन गया। ए भी बन जांदा ये तो यार आईजीसी का डीएजी अस्तीफा दे के आया छड़ के आया नौकरी जिते सलामा होना ही जरूर पे भाई जी सैकड़े एकड़ पैली इधर हजारा एकड़ पैली सी पाकिस्तान के अरे वाले शाही दे जमया डीजीपी बन के रिटायर होंदा चाहे वो राज्यपाल बन जाता चाहे सरकार ग्रांसान करके मुख्यमंत्री बन जाता पर नहीं बंदे ने सारिया चीजा त्याग के ठोकर मार के अपनी कौम की गल साडे हकां की गल की। जेडे बादल कहते फिरते है कि असि जी बंदी सिंह की रिहाई की गल करते हैं हूं इन्हों पुछा जाए क्या तुम चेता आ गया किसे समय ਭਦੌੜ ਹਲਕੇ ਤੋਂ ਭਦੌੜ ਹਲਕੇ ਤੋਂ ਸਤਵੰਤ ਸਿੰਘ ਦਾ ਮੁੰਡਾ ਮਲੋਆ ਖੜਾ ਸੀਗਾ ਤਾਂ ਇਹਨਾਂ ਇਹ ਹੀ ਬਾਦਲਾਂ ਨੇ ਉਹਦੇ ਖਿਲਾਫ ਭਣਸ ਖੜਾ ਕੀਤਾ ਸੀ। ਕਿਸੇ ਸਮੇਂ ਆਈ ਬੀਬੀ ਰਾਜੋਣਾ ਸਾਹਿਬ ਦੀ ਭੈਣ ਨੇ ਜਿਹੜੇ ਹੁਣ ਖੜੇ ਹੈ ਇਹਦੇ ਖਿਲਾਫ ਇਹਨਾਂ ਨੇ ਆਪਣਾ ਬੰਦਾ ਤਾਰਿਆ ਸੀ ਹੁਣ ਅੱਜ ਇਹਨਾਂ ਨੂੰ ਬੰਦੀ ਸਿੰਘ ਦਿਸਦੇ ਅੱਜ ਰਿਹਾਈ ਦੀ ਗੱਲ ਆ ਗਈ ਉਹਦਾ ਤੁਸੀਂ ਭਲੀ ਭਾਂਤ ਜਾਣਦੇ ਹੋ ਕਾਂਗਰਸ ਨੂੰ ਵੀ ਜਾਣਦੇ ਹੋ ਬਾਦਲਾਂ ਦੇ ਕਿਰਦਾਰ ਨੂੰ ਵੀ ਜਾਣਦੇ ਹੋ ਤੁਸੀਂ ਬੀਜੇਪੀ ਨੂੰ ਵੀ ਜਾਣਦੇ ਹੋ ਹੁਣ ਰੌਲਾ ਤੀਜੇ ਇਨਕਲਾਬੀਆਂ ਦਾ ਹੁਣ ਉਹ ਸਾਡੇ ਨਵਾਂ ਨਵਾਂ ਇਨਕਲਾਬ ਬੜਿਆ ਦਿਮਾਗ ਦੇ ਵਿੱਚ ਸਾਡੇ ਭੂਸਵਾਰ ਹੋਇਆ ਝਾੜੂ ਦਾ ਮੈਂ ਲੋਕਾਂ ਦਾ ਸਹਿਮਤ ਹਾਂ ਕਿ ਲੋਕਾਂ ਨੇ 92 ਐਮਐਲਏ ਜਿਤਾਏ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਲੋਕਾਂ ਕੋਲ ਰਾਹ ਕੋਈ ਨਹੀਂ ਸੀ ਇਹਨਾਂ ਰਵਾਇਤੀ ਠੱਗਾਂ ਤੋਂ ਛੁਟਕਾਰਾ ਪਾਉਣ ਦੇ ਲਈ ਲੋਕਾਂ ਨੇ ਝਾੜੂ ਦਾ ਸਾਥ ਦਿੱਤਾ ਪਰ ਝਾੜੂ ਨੇ ਤਾਂ ਇਹ ਵੀ ਨਿਸ਼ਚਿਤ ਕੀ ਕੀਤਾ ਆ ਭਗਵੰਤ ਕਹਿੰਦਾ ਹੁੰਦਾ ਸੀ ਨਾ ਕਿ ਅਸੀਂ ਤਾਂ ਜੀ ਆਮ ਲੋਕ ਹੈ ਅੱਜ ਤਾਂ ਜਦੋਂ ਬਾਕੀ ਲੋਕਾਂ ਚਾਰ ਗਏ ਅੱਜ ਜਦੋਂ ਅਫਸਰ ਵੀਰ ਬਲ ਵਰਗੇ ਜਾਂ ਕੈਪਟਨ ਵਰਗੇ ਕਦੇ ਧਰਾਉਂਦੇ ਕਦੇ ਬਰਨਾਲੀ ਅੱਡੇ ਤੇ ਬਿਨਾਂ ਸਿਕਿਉਰਿਟੀ ਤੋਂ ਆ ਕੇ ਦਿਖਾਉਣ ਇਹੀ ਕਹਿੰਦੇ ਹੁੰਦੇ ਸੀ ਹੁਣ ਰਾਤ 2:30 ਵਜੇ ਮੇਰੇ ਜ਼ਿਲ੍ਹੇ ਬਠਿੰਡੇ ਤੋਂ ਮੁੰਡੇ ਪੁਲਿਸ ਵਾਲਿਆਂ ਦੀ ਡਿਊਟੀ ਇੱਥੇ ਲੱਗੀ ਹੋਈ ਹੈ ਸਾਰੇ ਪੰਜਾਬ ਦੀ ਪੁਲਿਸ ਸੰਦੂਰ ਚਲਾਈ ਹੋਈ ਹੈ ਕਿਉਂਕਿ ਭਗਵੰਤ ਮਾਨ ਦੇ ਹੁਣ ਹੁਣ ਕੱਠ ਵੀ ਨਹੀਂ ਹੁੰਦੇ ਜਿਹੜੇ ਕੱਠ ਜਿਹੜੇ ਕਿਸੇ ਪਿੰਡ ਦੇ ਵਿੱਚ ਭਗਵੰਤ ਆ ਜਾਂਦਾ ਸੀ ਤਾਂ ਰੈਲੀ ਦਾ ਰੂਪ ਧਾਰਨ ਕਰ ਜਾਂਦਾ ਸੀ ਉਹ ਕੱਠ ਹੁਣ ਪਤਾ ਕਿੱਥੋਂ ਕਿੱਥੋਂ ਜਿਹੜੇ ਦੂਜੀਆਂ ਪਾਰਟੀਆਂ ਦੇ ਕਰਦੇ ਹੁੰਦੇ ਸੀ ਬਠਿੰਡੇ ਤੋਂ ਮਲੋਟ ਤੋਂ ਮੁਕਤਸਰ ਤੋਂ ਮੋਗੇ ਤੋਂ ਫਰੀਦਕੋਟ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਰੋਪੜ ਤੋਂ ਐ ਬੰਦੇ ਗੱਡੀਆਂ ਭਰ ਭਰ ਕੇ ਲਿਆ ਕੱਟ ਕਰ ਰਹੇ ਤੇ ਜਿਹੜਾ ਭਗਵੰਤ ਕਦੇ ਕਹਿੰਦਾ ਹੁੰਦਾ ਸੀ ਇਹ ਤੁਹਾਨੂੰ ਲੋੜ ਹੀ ਨਹੀਂ ਪੈਣੀ ਮੈਨੂੰ ਦੁਆਰਾ ਆਉਣ ਦੀ ਇੱਕ ਵਾਰ ਤੁਸੀਂ ਵੋਟਾਂ ਪਾਓ ਮੈਨੂੰ ਮੁੱਖ ਮੰਤਰੀ ਬਣਾਓ ਗੱਡੀ ਕੰਮ ਦੇ ਇੱਕ ਹੀ ਵੋਟਾਂ ਪਾਈ ਜਾਓਗੇ ਹੁਣ ਕੰਨ ਮੇਰੇ ਕੰਨ ਦੇ ਜੋੜੇ ਲਾਈ ਕਰਦੇ ਆ ਪਿੰਡੋ ਪਿੰਡੀ ਹੋਏ ਫਿਰਦੇ ਆ ਘਰੋਂ ਘੜੀ ਬੜੀ ਬੜੀ ਫਿਰਦੇ ਆ ਹੁਣ ਪੁੱਛ ਲਿਓ ਪਰ ਵੀ ਹੁਣ ਕਿਉਂ ਫਿਰਦੇ ਆ ਤੁਹਾਡੇ ਕੰਮ ਕਰਕੇ ਵੋਟ ਪਾ ਜਾਂਗੇ ਕਿਸੇ ਬੰਦੇ ਨੇ ਦੇਖੋ ਡਰਾਮਾ ਡਰਾਮੇਬਾਜ਼ ਬਹੁਤ ਤਕੜੇ ਹੈ ਉਹ ਕਲਾਕਾਰ ਹੈ ਸ਼ਬਦਾਂ ਦਾ ਜਾਦੂਗਰ ਨੇ ਸ਼ਬਦਾਂ ਦਾ ਜਾਲ ਬਹੁਤ ਸੋਹਣਾ ਪਾਉਂਦੇ ਲੋਕਾਂ ਦੇ ਕਿਸੇ ਬੰਦੇ ਨੇ ਸਤਵੀਰ ਸਿੰਘ ਨਾਂ ਦੇ ਬੰਦੇ ਨੇ ਆਰਟੀਆਈ ਪਾਈ ਹੈ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਸਰਕਾਰ ਨੇ ਕੱਲੀ ਐਡ ਦੇ ਉੱਤੇ ਕੱਲੀ ਮਸ਼ਹੂਰੀ ਦੇ ਉੱਤੇ ਕਿੰਨਾ ਪੈਸਾ ਖਰਚਿਆ ਹੈ 24 ਕਰੋੜ ਰੁਪਇਆ ਪਿਛਲੇ 3 ਮਹੀਨਿਆਂ ਦੇ ਵਿੱਚ ਝਾੜੂ ਦੀ ਸਰਕਾਰ ਖਰਚ ਚੁੱਕੀ ਹੈ ਕੱਲੀ ਮਸ਼ਹੂਰੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣ ਦੇ ਉੱਤੇ ਚੈਨਲਾਂ ਦੇ ਉੱਤੇ ਇਸ਼ਤਿਹਾਰ ਦੇਣ ਦੇ ਉੱਤੇ ਇਸੇ ਕਰਕੇ ਵਕਾਊ ਚੈਨਲ ਆ ਜਿਹੜੇ ਇਹਨਾਂ ਦੀ ਬੋਲੀ ਬੋਲਦੇ ਆ ਇਹਨਾਂ ਦੀ ਆਲੋਚਨਾ ਕਰਨੀ ਹੋਵੇ ਸਾਰਥਕ ਆਲੋਚਨਾ ਨਹੀਂ ਕਰਦੇ ਇਹਨਾਂ ਨੂੰ ਸਵਾਲ ਜਵਾਬ ਕਰਨਾ ਹੋਵੇ ਨਹੀਂ ਕਰਦੇ ਇਹਨਾਂ ਨੂੰ ਕਦੇ ਆ ਬਕਾਊ ਚੈਨਲ ਨਹੀਂ ਪੁੱਛਣਗੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਆਇਆ ਹਾਈ ਕੋਰਟ ਨੇ ਸਾਡੇ ਖਿਲਾਫ ਫੈਸਲਾ ਦਿੱਤਾ ਤੁਹਾਡਾ ਵਕੀਲ ਉਦੋਂ ਕਿੱਥੇ ਸੀ ਤੁਹਾਡਾ ਵਕੀਲ ਕਿਉਂ ਨਹੀਂ ਪੇਸ਼ ਹੋਇਆ ਇਹ ਨਹੀਂ ਪੁੱਛਣਗੇ ਤੁਸੀਂ ਹਾਈ ਕੋਰਟ ਦਾ ਫੈਸਲਾ ਆਇਆ ਪੰਜਾਬ ਯੂਨੀਵਰਸਿਟੀ
खोल के केंद्र नूं देण दी गल कीती गई जज वल्लों छोटे कदे मंत्री जां कदे एमएलए दा बयान क्यों नहीं आया। 15-18 दिन बाद बयान आया जो मैं ऐसे हल्के दे विच आ के ढोल बोलिया सी, उदों बाद दूजे दिन भी ढेर दा बयान आया। कोई आ बकाऊ चैनल अखबार वाले इहनां नूं सवाल नहीं करनगे कि पंजाब दे पानियां दी गल जो लगातार टुटे गए उहदे बारे मता कदों लैके आओगे। पंजाब की राजधानी की गल, पंजाबी बोलते इलाकों की गल तुम करते रहे हो, वह कदों लेके आओगे। एक मुद्दा मैं उठाया कि पंजाब की नौकरियां पंजाबियों को मिलन, सरकारी हो प्राइवेट हो, इस पार्टी ने इस भवंत ने इस चीमे वर्गिया ने भी तेर वर्गिया ने कहा कि लखा सही कहता है पंजाब की नौकरियां पंजाबियों को मिलन। जो मैं चेन्नई में जाके मिला चेन्नई मुख्यमंत्री हों क्यों नहीं कोई अखबार क्यों नहीं कोई पत्रकार सवाल करता कि 26,000 नौकरी देने की गल कर रहे हो और डोमिसाइल होना फाइट सर्टिफिकेट क्यों नहीं लेके आ रहे जिसे आधार पे साडे पंजाब दी नौकरियां पंजाबी मुंडियां नूं मिलन पंजाबी कुड़ियां नूं मिलन। नहीं 26,000 दे विच अद्धों वध नौकरियां बाहरले सूबे दे लोकां ने लै जाणे नहीं करनगे सवाल। सो इस करके यह फैसला तुसी करना है कि जेड़े इनकलाबी कहते सी मैं इन्हों कह मैं जे कोई बंदा बैठा ना ना दिखे किसी को खड़ा जा रहे दीदा हम जे मैं खड़ के रौला पाई जावा कि मैं आओ करता मैं आ करता मैं फलाना मैं धिमका वो ज्यादा नहीं असर करता हूं। जे मैं कुछ करता होगा मेरा काम किया हो कम बोलता हूं जो कम बोलते ने फिर बंदे बोलने की लड़ नहीं रही लोग आप ही समझ जाते हैं। इन्हों दसन खातर 800 करोड़ रुपया कली मशहूरी खातर रखा गया है वो भी बजट के रखने की याद रखे वो बजट आना है 24 तरीक तो बजट सैशन जरा शुरू हो जा रहा है। कर्जा चक रहे हैं 9,000 करोड़ रुपया कर्जा चक लिया तेरे 3 महीने 9,25,000 करोड़ रुपया यार 1 महीने की किस्त है कले ब्याज की तो पैसा वापस कितों करे। इस करके इस वे पिंड आए कारे की सारी गल सवाल का पुछ लिया जी खड़े ही नहीं क्या आपको खड़ा होके दस काफी चल रही है वीडियो के एक
लगातार कई